ਮੇਰੀ ਅੱਖਾਂ ਚ ਅੱਖਾਂ ਪਾ ਤੇਰਾ ਰੋਣ ਵਾਲਾ ਮੂੰਹ ਹੋਇਆ ਨਾ ਪਤਾ ਨੀ ਕਿੰਨਾ ਕੁ ਬਿਮਾਰ ਦੋਦਾ ਵਾ ਸੱਚੀ ਦੋਦਾ ਵਾ ਓਕੇ ਹਲੇ ਉਹ ਲੱਗੀ ਨਾ ਨਹੀਂ ਟੁੱਟ ਗਿਆ ਸਰ ਅੰਦਰ ਲਾਈ ਸੀ ਕੱਢ ਲਈ ਇਧਰ ਦੇਖੋ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਵੈਲਕਮ ਜੀ ਯਾਰ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਔਨ ਸਾਈਡ ਫੈਮਿਲੀ ਵਲੌਗਸ ਵਿੱਚ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਲਾਹ ਪਾਕ ਤੁਹਾਨੂੰ ਸਭ ਨੂੰ ਠੀਕ ਠਾਕ ਰੱਖੇ ਸਿਹਤ ਤੋਂ ਤੰਦਰੁਸਤੀ ਅਤਾ ਫਰਮਾਏ ਆਮੀਨ ਹਾਂਜੀ ਜੀ ਔਨ ਭਾਈ ਜਾਨ ਹਾਂਜੀ ਜੀ ਅਸਲਾਮ ਵਾਲੇਕੁਮ ਅਤੇ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਣਗੇ ਅਤੇ ਮੇਰੀ ਤਬੀਅਤ ਜਿਹੜੀ ਆ ਕੱਲ੍ਹ ਦੀ ਬਹੁਤ ਜ਼ਿਆਦਾ ਖਰਾਬ ਆ ਅਤੇ ਅੱਜ ਡ੍ਰਿਪ ਲਗਾਉਣ ਲੱਗਾ ਵਾ ਡ੍ਰਿਪ ਲੱਗਣ ਲੱਗੀ ਔਨ ਭਾਈ ਜਾਨ ਦੇ ਅਤੇ ਹੁਣ ਤੁਸੀਂ ਦੇਖਿਆ ਹੋਣਾ ਵਾ ਇਹ ਕੀ ਲੱਗਿਆ ਭਲਾ ਬਰਨੋਲਾ ਲੱਗਿਆ ਵਾ ਅਤੇ ਔਨ ਭਾਈ ਜਾਨ ਕਹਿ ਰਿਹਾ ਸੀ ਕਿ ਬਹੁਤ ਜ਼ਿਆਦਾ ਦਰਦ ਹੋਇਆ ਮੇਰੇ ਹਾਲੇ ਵੀ ਚੁੱਭ ਰਹੀ ਆ ਹੈ ਨਾ ਸੂਈ ਅੰਦਰ ਚੁੱਭ ਰਹੀ ਪ੍ਰਾਈਵੇਟ ਹੋਸਪਿਟਲ 'ਚ ਬੈਠੇ ਹਾਂ ਹੁਣ ਅਤੇ ਆ ਜੀ ਔਨ ਭਾਈ ਜਾਨ ਦੇ ਆ ਦੇਖੋ ਜੀ ਫੁੱਲ ਕੀ ਹੋਇਆ ਸੀ ਭਲਾ ਤੁਹਾਨੂੰ ਪਤਾ ਨਹੀਂ ਰਾਤ ਦੀ ਪੇਨ ਹੋ ਰਹੀ ਸੀ ਸਿਰ 'ਚ ਅਤੇ ਗੋਲੀ ਵਗੈਰਾ ਖਾਧੀ ਹੈ ਅਤੇ ਫਿਰ ਮੁੜ ਕੇ ਪੈ ਗਏ ਹਾਂ ਫਿਰ ਸੁਬਹਾ ਫਸਟ ਟਾਈਮ ਹੋਣ ਲੱਗ ਪਈ ਆ ਸਿਰ 'ਚ ਵੀ ਦੱਖਾਂ 'ਚ ਵੀ ਬਸ ਫਿਰ ਸੁਬਹਾ ਵੀ ਮੈਡੀਸਨ ਖਾਧੀ ਆ ਅਤੇ ਫਿਰ ਹੁਣ ਜਿਹੜਾ ਇੱਥੇ ਆਏ ਉਹ ਕਹਿੰਦੇ ਕਮਜ਼ੋਰੀ ਹੋਈ ਆ ਜੀ ਡ੍ਰਿਪ ਲਗਵਾ ਲਓ ਖਾਂਦੇ ਪੀਂਦੇ ਨਹੀਂ ਨਾ ਧਿਆਨ ਨਾ ਮੇਰੇ ਅੱਗੇ ਧੱਕਦੇ ਰਹਿੰਦੇ ਮੇਰੇ ਅੱਗੇ ਰੱਖਦੇ ਰਹਿੰਦੇ ਲੀਜ਼ਾ ਤੂੰ ਖਾ ਲਾ ਪੂਰਾ ਹੋ ਜਾਏਗੀ ਮੇਰੀ ਖੈਰ ਹੁਣ ਤੁਹਾਨੂੰ ਜ਼ਰੂਰਤ ਆ ਠੀਕ ਆ ਨਾ ਹਾਂਜੀ ਇੱਦਾਂ ਹੀ ਨਾ ਔਨ ਭਾਈ ਜਾਨ ਨੂੰ ਤੁਸੀਂ ਵੀ ਕਹੋ ਕਿ ਔਨ ਭਾਈ ਜਾਨ ਆਪਣਾ ਖਿਆਲ ਰੱਖੋ ਥੋੜ੍ਹੇ ਪਹਿਲਵਾਨ ਬਣੋ ਹੁਣ ਜੀ ਡ੍ਰਿਪ ਲੱਗਣ ਲੱਗੀ ਉਹ ਵੀ ਤੁਹਾਨੂੰ ਮਾੜੀ ਜਾਨ ਹੈ ਨਾ ਤਾਂ ਮੇਰੇ ਕੋਲ ਮਾੜੀ ਜਾਨ ਖੋਲ ਕੇ